ਗੁਰੂ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਪੁਰਬ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ। ਅੱਜ ਸਿੱਖ ਸੰਗਤਾਂ, ਪੰਜਾਬੀ ਤੇ ਦੇਸ਼ ਦੇ ਵਸਨੀਕ ਦੁਨੀਆਂ ਦੇ ਕੋਨੇ ਕੋਨੇ ਤੇ ਆ ਸ਼ੁਭ ਦਿਨ ਬੜੇ ਧੂਮਧਾਮ ਨਾਲ ਮਨਾ ਰਹੇ ਹਨ। ਅੱਜ ਦੇ ਦਿਨ ਪਰਮਾਤਮਾ ਦੀ ਮਿਹਰ ਹੋਈ, ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ, ਸੈਂਟਰ ਸਰਕਾਰ ਨੂੰ ਚੰਗੀ ਅਕਲ ਆਈ ਤੇ ਜਿਹੜਾ ਸੰਘਰਸ਼ ਪੰਜਾਬੀਆਂ ਨੇ ਤੇ ਕਿਸਾਨਾਂ ਨੇ ਸ਼ੁਰੂ ਕੀਤਾ, ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਘਰ ਘਰ ਵਿੱਚ ਮਾਈਆਂ ਨੇ, ਬਜ਼ੁਰਗਾਂ ਨੇ, ਬੱਚਿਆਂ ਨੇ ਸੰਘਰਸ਼ ਹਿੱਸਾ ਪਾ ਕੇ ਇੱਕ ਲਹਿਰ ਖੜੀ ਕੀਤੀ, ਅੱਜ ਪਰਮਾਤਮਾ ਦੀ ਬਖਸ਼ਿਸ਼ ਨਾਲ ਕਿਸਾਨੀ ਦੀ ਜਿੱਤ ਹੋਈ ਹੈ, ਆਪਣੀ ਸਾਰਿਆਂ ਦੀ ਜਿੱਤ ਹੋਈ ਹੈ। ਮਤਲਬ ਕੀ ਹੈ ਕਿ ਸੱਚੇ ਸੰਘਰਸ਼ ਸਦਾ ਹੀ ਕਾਮਯਾਬ ਹੁੰਦਾ। ਸ਼੍ਰੋਮਣੀ ਅਕਾਲੀ ਦਲ ਪੰਥ ਦੀ ਤਾਂ ਨੁਮਾਇੰਦਾ ਜਥੇਬੰਦੀ ਹੈ ਹੀ ਹੈ, ਪਰ ਦੇਸ਼ ਵਿੱਚ ਕਿਸਾਨੀ ਦੀ ਵੀ ਜਥੇਬੰਦੀ ਹੈ। ਅਗਲੇ ਮਹੀਨੇ ਦੀ 14 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੀ 100ਵੇਂ ਵਰੇਗੰਢ ਹੈ, 100 ਸਾਲ ਪੁਰਾਣੀ ਪਾਰਟੀ ਹੋ ਜਾਣੀ ਅਗਲੇ ਮਹੀਨੇ 14 ਤਰੀਕ ਨੂੰ। 100 ਸਾਲ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਤੋਂ ਦੂਜੇ ਨੰਬਰ ਤੇ ਸਭ ਤੋਂ ਪੁਰਾਣੀ ਪਾਰਟੀ ਦੇਸ਼ ਚ ਹੈ। ਬੀਜੇਪੀ ਪਾਰਟੀ ਨੂੰ ਕੋਈ ਕਿਸਾਨੀ ਦੀ ਪਾਰਟੀ ਨਹੀਂ ਕਹਿੰਦਾ, ਕਾਂਗਰਸ ਪਾਰਟੀ ਨੂੰ ਕੋਈ ਕਿਸਾਨੀ ਦੀ ਪਾਰਟੀ ਨਹੀਂ ਕਹਿੰਦਾ, ਆਮ ਆਦਮੀ ਪਾਰਟੀ ਦੀ ਪਾਰਟੀ ਨੂੰ ਕੋਈ ਕਿਸਾਨੀ ਦੀ ਪਾਰਟੀ ਨਹੀਂ ਕਹਿੰਦਾ, ਸ਼ਿਵ ਸੈਨਾ ਨੂੰ ਕੋਈ ਕਿਸਾਨੀ ਦੀ ਪਾਰਟੀ ਨਹੀਂ ਕਹਿੰਦਾ। ਜਿੰਨੀਆਂ ਵੀ ਪਾਰਟੀਆਂ ਕੋਈ ਕਿਸੇ ਨੂੰ ਕਿਸਾਨੀ ਨਾਲ ਨਹੀਂ ਜੋੜਦੇ, ਜੇ ਕਿਸਾਨੀ ਨਾਲ ਜੋੜਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਹੈ। ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਤੋਂ ਲੈ ਕੇ ਬੱਚੇ ਤੋਂ ਲੈ ਕੇ ਮਾਤਾ ਸਾਰਿਆਂ ਦੇ ਪਰਿਵਾਰਾਂ ਨੇ ਕਿਸਾਨੀ ਖਾਤਰ, ਦੇਸ਼ ਖਾਤਰ ਆਪਣੀ ਸ਼ਹਾਦਤਾਂ ਦਿੱਤੀਆਂ ਤੇ ਕੁਰਬਾਨੀਆਂ ਦਿੱਤੀਆਂ। ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਰਿਹਾ, ਜਦੋਂ ਆਪਣੇ ਬਜ਼ੁਰਗਾਂ ਨੇ ਚਾਬੀ ਦਾ ਮੋਰਚਾ ਜਿੱਤਿਆ ਤੇ ਉਦੋਂ ਗਾਂਧੀ ਜੀ ਨੇ ਚਿੱਠੀ ਲਿਖੀ ਤੇ ਕਿਹਾ ਕਿ ਤੁਸੀਂ ਦੇਸ਼ ਦੀ ਪਹਿਲੀ ਆਜ਼ਾਦੀ ਦੀ ਲੜਾਈ ਜਿੱਤ ਗਏ। ਸ਼੍ਰੋਮਣੀ ਅਕਾਲੀ ਦਲ ਦਾ ਜਨਮ ਕਿਵੇਂ ਹੋਇਆ ਤੁਸੀਂ ਜਾਣ ਕਰੋ, ਜਾਂ ਆਪਾਂ ਤਾਂ ਜਾਣਦੇ ਨਹੀਂ। ਆਪਣੇ ਬਜ਼ੁਰਗਾਂ ਦੇ ਸਮੇਂ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਤੇ ਮਹੰਤ ਅਜੇ ਗਲਤ ਕੰਮ ਕਰਦੇ ਸੀ ਤੇ ਸਿੱਖ ਸੰਗਤਾਂ ਸਾਰੀਆਂ ਇਕੱਠੀਆਂ ਹੋਈਆਂ ਆਪਣੇ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਵਾਸਤੇ
ਆਜ਼ਾਦ ਕਰਾਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਸਾਰੇ ਗੁਰੂ ਘਰਾਂ ਨੂੰ ਦੇਖ ਲੇਖ ਵਾਸਤੇ ਸੰਭਾਲ ਵਾਸਤੇ। ਪਰ ਜਦੋਂ ਕਮੇਟੀ ਬਣਾਈ ਗਈ ਉਦੋਂ ਸੋਚਿਆ ਗਿਆ ਕਿ ਗੁਰੂ ਸਾਹਿਬ ਨੇ ਆਪਾਂ ਨੂੰ ਕੀ ਮੈਸੇਜ ਦਿੱਤਾ, ਸੰਦੇਸ਼ ਦਿੱਤਾ। ਗੁਰੂ ਸਾਹਿਬ ਨੇ ਆਪਾਂ ਨੂੰ ਮੀਰੀ ਤੇ ਪੀਰੀ ਦਾ ਆਪਾਂ ਨੂੰ ਸੰਦੇਹ ਦਿੱਤਾ ਸੀ। ਮੀਰੀ ਤੇ ਪੀਰੀ ਦਾ ਮਤਲਬ ਕੀ ਹੈ ਕਿ ਧਰਮ ਉਦੋਂ ਹੀ ਕਾਮਯਾਬ ਹੈ ਜੇ ਉਹਦੀ ਕੋਈ ਸਿਆਸੀ ਪਾਰਟੀ ਹੈ ਜਿਹੜੀ ਤਾਕਤ ਰੱਖੇ ਉਹਨੂੰ। ਧਰਮ ਨੂੰ ਅੱਗੇ ਵਧਾਉਣ ਵਾਸਤੇ ਇੱਕ ਸਿਆਸੀ ਜਮਾਤ ਚਾਹੀਦੀ ਹੈ, ਇੱਕ ਸਿਆਸੀ ਫੌਜ ਚਾਹੀਦੀ ਹੈ। ਆਈ ਸੋਚ ਕੇ ਆਪਣੇ ਬਜ਼ੁਰਗਾਂ ਨੇ ਸੋਚਿਆ ਕਿ ਆਪਣੀ ਸਿਆਸੀ ਫੋਰਸ, ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਣਾਈ ਜਾਏ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਮਹੀਨੇ ਬਾਅਦ ਗਠਨ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇਖੋ, ਗੌਰਵਮਈ ਇਤਿਹਾਸ ਹੈ। ਤੇ ਅੱਜ ਖੁਸ਼ੀ ਹੈ ਤੇ ਮਾਣ ਹੈ ਕਿ ਮੈਨੂੰ ਸੇਵਾ ਦਾ ਮੌਕਾ ਦਿੱਤਾ। ਆ ਜਿਹੜੀ ਪਾਰਟੀ ਕਿਸੇ ਦੀ ਜਾਇਦਾਦ ਨਹੀਂ, ਆ ਕੌਮ ਦੀ ਜਾਇਦਾਦ ਹੈ ਤੇ ਆਪਣੀ ਕੌਮ ਪੰਜਾਬ ਤਾਂ ਤਕੜਾ ਰਹੂਗਾ ਜੇ ਆਪਣੀ ਸਿਆਸੀ ਪਾਰਟੀ, ਆਪਣੀ ਫੌਜ ਸ਼੍ਰੋਮਣੀ ਅਕਾਲੀ ਦਲ ਤਕੜੀ ਹੈ। ਤੁਸੀਂ ਆਪ ਜਾਣਦੇ ਹੋ ਹਿੰਦੁਸਤਾਨ ਵਿੱਚ ਕਿਤੇ ਵੀ ਆਪਣੇ ਭੈਣ ਭਰਾ, ਭਾਵੇਂ ਸਿੱਕਮ ਬੈਠੇ, ਮੈਨੂੰ ਯਾਦ ਹੈ ਸਿੱਕਮ ਤੋਂ ਮੈਨੂੰ ਫੋਨ ਆਇਆ, ਉੱਥੇ ਗੁਰੂ ਘਰ ਦਾ ਮਸਲਾ ਆਇਆ, ਉੱਥੋਂ ਦੇ ਲੋਕ ਦੀ ਸਮੱਸਿਆ ਆਈ, ਸਿੱਧਾ ਉਹਨਾਂ ਨੇ ਟੈਲੀਫੋਨ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ। ਉਹਨਾਂ ਨੂੰ ਪਤਾ ਸੀ ਕਿ ਜੇ ਸਾਡੀ ਗੱਲ ਕਰਨਗੇ, ਲੜਾਈ ਲੜਨਗੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲੜੂਗਾ। ਅਸੀਂ ਆਪਣੀਆਂ ਟੀਮਾਂ ਭੇਜੀਆਂ, ਵਕੀਲ ਕੀ ਭੇਜੇ ਤੇ ਮਸਲਾ ਹੱਲ ਕੀਤਾ। ਉਵੇਂ ਮਿਜ਼ੋਰਮ, ਮਣੀਪੁਰ ਵਿੱਚ ਆਪਣੇ ਲੋਕ ਪੁਰਾਣੇ ਬਸੇ, ਉਹਨਾਂ ਦੀ ਸਮੱਸਿਆ ਆਈ, ਉਹਨਾਂ ਨੇ ਸਭ ਤੋਂ ਪਹਿਲੇ ਟੈਲੀਫੋਨ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ। ਜੇ ਫਰਾਂਸ ਵਿੱਚ ਪਗੜੀ ਦੀ ਗੱਲ ਆਈ, ਉੱਥੋਂ ਦੀ ਡੈਲੀਗੇਸ਼ਨ ਆਪਣੇ ਕੋਲੇ ਆਈ ਕਿ ਸਾਡੀ ਆਵਾਜ਼ ਉਠਾਓ। ਤੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਤੇ ਆਪਣੀ ਕੌਮ ਨੂੰ, ਤੁਹਾਡੀ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ। ਜੇ ਤੁਸੀਂ ਕਿਤੇ ਜ਼ਿੰਦਗੀ ਤੁਹਾਨੂੰ ਤਕਲੀਫ ਆਏ, ਜੇ ਆਪਣੇ ਤੇ ਧੱਕਾ ਹੋਏ, ਜੇ ਆਪਣੇ ਕੌਮ ਤੇ ਜ਼ੁਲਮ ਹੋਏ।